ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਲਵਾ ਤੁਹਾਨੂੰ ਲੈ ਆਈ ਹੈ ਰਾਮਪੁਰਾ ਰੋਡ ਭਵਾਨੀਗੜ੍ਹ ਵਿਖੇ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਵਿਖੇ ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਵਰਲਡ ਕੈਂਸਰ ਕੇਅਰ ਸੈਂਟਰ ਵੱਲੋਂ ਮਾਲਵਾ ਫ੍ਰੀ ਮੈਗਾ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਾਇਆ ਜਾ ਰਿਹਾ ਹੈ ਅੱਜ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਵਿਖੇ ਵਰਲਡ ਕੇਅਰ ਸੈਂਟਰ ਵੱਲੋਂ ਮਾਲਵਾ ਫ੍ਰੀ ਮੈਗਾ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਤੱਕ 400 ਮਰੀਜ਼ ਕਹਿ ਸਕਦੇ ਹਾਂ ਜਿਨ੍ਹਾਂ ਦਾ ਚੈੱਕਅਪ ਹੋ ਚੁੱਕਿਆ ਹੈ ਭਾਵ ਰਜਿਸਟ੍ਰੇਸ਼ਨ ਹੋਈ ਹੈ ਅਤੇ ਤਕਰੀਬਨ 200-300 ਹੋਰ ਰਜਿਸਟਰ ਹੋਣ ਦੀ ਸੰਭਾਵਨਾ ਹੈ ਕਿਹਾ ਜਾ ਸਕਦਾ ਕਿ 600-700 ਵਿਅਕਤੀ ਚੈੱਕਅਪ ਕਰਾ ਸਕਦਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੈਂਸਰ ਵਰਗੀ ਨਾਮਰਾਦ ਬਿਮਾਰੀ ਤੋਂ ਆਮ ਲੋਕ ਡਰਦੇ ਨੇ ਅਤੇ ਉਸਦੇ ਚੈੱਕਅਪ ਲਈ ਮੋਟੀ ਰਕਮ ਵੀ ਲੱਗਦੀ ਹੈ ਪਰ ਬਿਲਕੁਲ ਫ੍ਰੀ ਚੈੱਕਅਪ ਕੈਂਪ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਵੱਲੋਂ ਲਵਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੈਨਾਂ ਖੜੀਆਂ ਨੇ ਵੈਨਾਂ ਦੇ ਅੰਦਰ ਚੈੱਕਅਪ ਕੀਤਾ ਜਾ ਰਿਹਾ ਇੱਥੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਨਾਲ ਦੀ ਨਾਲ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਚੈੱਕਅਪ ਕੀਤਾ ਜਾ ਰਿਹਾ ਮੈਡਮ ਚੈੱਕਅਪ ਕਰ ਰਹੇ ਨੇ ਨਾਲ ਹੀ ਤੁਹਾਨੂੰ ਦਵਾਈਆਂ ਨਜ਼ਰ ਆ ਰਹੀਆਂ ਨੇ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਕੈਂਪ ਲਾਇਆ ਜੋ ਕਿ ਸਾਨੂੰ ਪਤਾ ਕਿ ਮਾਲਵਾ ਪੱਟੀ ਹੈ ਜਿਹੜੀ ਕੈਂਸਰ ਦੇ ਲਈ ਜਾਣੀ ਜਾਂਦੀ ਹੈ ਇੱਥੋਂ ਟ੍ਰੇਨ ਵੀ ਚੱਲਦੀ ਰਹੀ ਹੈ ਬੀਕਾਨੇਰ ਨੂੰ ਪਰ ਹੁਣ ਇੱਕ ਵੱਡੀ ਉਪਲਬਧੀ ਕਿਹਾ ਜਾ ਸਕਦਾ ਕਿ ਇਲਾਕਾ ਭਵਾਨੀਗੜ੍ਹ ਦੇ ਵਿੱਚ ਹੈਰੀਟੇਜ ਪਬਲਿਕ ਸਕੂਲ ਨੇ ਇਹ ਇੱਕ ਵੱਡਾ ਉਪਰਾਲਾ ਕੀਤਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਚੈੱਕਅਪ ਕੀਤਾ ਜਾ ਰਿਹਾ ਵੱਖ ਵੱਖ ਥਾਵਾਂ 'ਤੇ ਇਹਨਾਂ ਨੇ ਵੱਖ ਵੱਖ ਡੈਸਕ ਬਣਾਏ ਹੋਏ ਨੇ ਵੱਖ ਵੱਖ ਡਾਕਟਰ ਸਾਹਿਬਾਨ ਬੈਠੇ ਨੇ ਜੋ ਨਾਲ ਦੀ ਨਾਲ ਗੱਲਬਾਤ ਵੀ ਕਰਦੇ ਨੇ ਜਾਗਰੂਕ ਵੀ ਕਰਦੇ ਨੇ ਅਗਰ ਜ਼ਰੂਰਤ ਹੈ ਤਾਂ ਉਸ ਤਰ੍ਹਾਂ ਦੀ ਜਿਹੜੀ ਦਵਾਈ ਦਿੱਤੀ ਜਾ ਰਹੀ ਹੈ ਉਸ ਤਰ੍ਹਾਂ ਦੇ ਜਿਹੜੇ ਚੈੱਕਅਪ ਕੀਤਾ ਜਾ ਰਿਹਾ ਜਾਗਰੂਕਤਾ ਜਿਹੜੀ ਹੈਗੀ ਹੈ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਅਸੀਂ ਵੀ ਸਮਝਦੇ ਹਾਂ ਕਿ ਕੈਂਸਰ ਵਰਗੀ ਨਾਮਰਾਦ ਬਿਮਾਰੀ ਇਨਸਾਨ ਨੂੰ ਖੋਖਲਾ ਕਰਦੀ ਹੈ ਉੱਥੇ ਹੀ ਪਰਿਵਾਰਕ ਜੋ ਫਾਈਨੈਂਸ਼ਲੀ ਤੌਰ 'ਤੇ ਵੀ ਪੂਰਾ ਪਰਿਵਾਰ ਹੈ ਜਿਹੜਾ ਮਾਰਿਆ ਜਾਂਦਾ ਇੱਕ ਵੱਡਾ ਡਰ ਵੀ ਹੁੰਦਾ ਡਾਕਟਰ ਸਾਹਿਬਾਨ ਕੁਝ ਕਹਿ ਰਹੇ ਨੇ ਆਓ ਸੁਣਦੇ ਹਾਂ ਜਾ ਕੇ ਲੋਕਾਂ ਨੂੰ ਕੈਂਸਰ ਜਾਂਚ ਦੀ ਜਿਹੜੀ ਸਹੂਲਤ ਦਿੱਤੀ ਜਾਵੇ ਉਹਦੇ ਤਹਿਤ ਜਿਹੜੀ ਹੈ ਇਸ ਅਸੀਂ ਸਕੂਲ ਦੇ ਵਿੱਚ ਪਹੁੰਚੇ ਸੀਗੇ ਮੈਂ ਫਸਟ ਆਫ ਆਲ ਦਾ ਧੰਨਵਾਦ ਕਰਦਾ ਸਕੂਲ ਪ੍ਰਸ਼ਾਸਨ ਦਾ ਬੜੀ ਵਧੀਆ ਉਹਨਾਂ ਨੇ ਸਪੋਰਟ ਕੀਤੀ ਹੈ ਹੁਣ ਤੱਕ ਅਪਰੋਕਸੀਮੇਟਲੀ ਕੋਈ 400 ਦੇ ਕਰੀਬ ਇੱਥੇ ਬੰਦਾ ਪਹੁੰਚ ਚੁੱਕਿਆ ਵਾ ਵਰਲਡ ਕੈਂਸਰ ਕੇਅਰ ਜਿਹੜੀ ਹੈ 4 ਮੋਬਾਈਲ ਬੱਸਾਂ ਲੈ ਕੇ ਜਿਹ 'ਚ ਅਲੱਗ ਅਲੱਗ ਟੈਸਟਿੰਗ ਹੈਗੀ ਜਿਹ 'ਚ ਛਾਤੀ ਦੀ ਜਾਂਚ ਵਾਸਤੇ ਮੈਮੋਗ੍ਰਾਫੀ ਹੈ ਬੱਚੇ ਦਾਣੇ ਦੀ ਜਾਂਚ ਹੋ ਰਹੀ ਹੈ ਗਰੂਦਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਓਰਲ ਜਿਹੜੀ ਸਕਰੀਨਿੰਗ ਉਹ ਕੀਤੀ ਜਾ ਰਹੀ ਹੈ ਬੱਚੇ ਦਾਨੀ ਗਰੂਦਾਂ ਦੀ ਜਾਂਚ ਕੀਤੀ ਜਾ ਰਹੀ ਹੈ ਹੱਡੀਆਂ ਦੀ ਜਿਹੜੀ ਜਾਂਚ ਉਹ ਕੀਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਜਿਹੜੀਆਂ ਜਨਰਲ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਔਰ ਸਭ ਤੋਂ ਜਿਹੜੀ ਵਡਮੁੱਲੀ ਚੀਜ਼ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ 1-to-1 ਜਿਹੜੀ ਹੈ ਕਾਉਂਸਲਿੰਗ ਕੀਤੀ ਜਾ ਰਹੀ ਹੈ ਲਿਟਰੇਚਰ ਦਿੱਤਾ ਜਾ ਰਿਹਾ ਮਕਸਦ ਸਾਡਾ ਜਿਹੜਾ ਵਰਲਡ ਕੈਂਸਰ ਕੇਅਰ ਦਾ ਇੱਕੋ ਹੀ ਹੈ ਕਿ ਕੈਂਸਰ ਨੂੰ ਸਮਾਂ ਰਹਿੰਦੇ ਜਿਹੜਾ ਫੜਿਆ ਜਾਵੇ ਤੰਦਰੁਸਤ ਲੋਕਾਂ ਨੂੰ ਅਸੀਂ ਕਾਲ ਕਰਦੇ ਹਾਂ ਤੰਦਰੁਸਤ ਲੋਕਾਂ ਦੇ ਵਿੱਚੋਂ ਲੱਛਣਾਂ ਦੇ ਆਧਾਰ 'ਤੇ ਜਿਹੜਾ ਕੈਂਸਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਸੋ ਉਸੇ ਲੜੀ ਦੇ ਤਹਿਤ ਵਰਲਡ ਕੈਂਸਰ ਕੇਅਰ ਜਗ੍ਹਾ ਜਗ੍ਹਾ ਪਿੰਡਾਂ 'ਚ ਜਾ ਕੇ ਜਿਹੜੇ ਮੈਡੀਕਲ ਕੈਂਪ ਲਾਉਂਦੀ ਹੈ ਹੁਣ ਤੱਕ ਅਪਰੋਕਸੀਮੇਟਲੀ 10,000 ਦੇ ਕਰੀਬ ਜਿਹੜੇ ਆ ਪਿੰਡ ਕਵਰ ਕਰ ਚੁੱਕੇ ਆ ਇਕੱਲਾ ਪੰਜਾਬ ਹੀ ਨਹੀਂ ਜਿਹੜੀਆਂ ਨਾਲ ਦੀਆਂ ਨੇਬਰ ਸਟੇਟ ਹੈਗੀਆਂ ਉਹਨਾਂ ਦੇ ਵਿੱਚ ਵੀ ਵਰਲਡ ਕੈਂਸਰ ਕੇਅਰ ਜਿਹੜੀ ਹੈ ਲਗਾਤਾਰ ਕੰਪੇਨ ਜਿਹੜੀ ਚਲਾ ਰਹੀ ਹੈ ਸਰ ਲੋਕਾਂ ਦੇ ਵਿੱਚ ਤੁਹਾਨੂੰ ਕਿੰਨਾ ਕੁ ਲੱਗਿਆ ਵੀ ਜਾਗਰੂਕਤਾ ਅੱਗੇ ਨੂੰ ਕਿੰਨੀ ਕਹਿ ਅਤੇ ਹੁਣ ਤੁਹਾਨੂੰ ਅੱਜ ਜਿਵੇਂ ਆਏ ਅਤੇ ਕਿਵੇਂ ਲੱਗੇ ਦੇਖੋ ਜੀ ਮਾਲਵੇ 'ਚ ਬੈਠੇ ਹਾਂ ਆਪਾਂ ਅਤੇ ਅੱਗੇ ਨਾਲੋਂ ਕਾਫੀ ਜਿਹੜਾ ਫਰਕ ਪੈ ਚੁੱਕਾ ਕਿਉਂਕਿ ਜਿਹੜੀ ਵਰਲਡ ਕੈਂਸਰ ਕੇਅਰ ਪਿਛਲੇ 15 ਸਾਲ ਤੋਂ ਸੇਵਾ ਨਿਭਾ ਰਹੀ ਹੈ ਔਰ ਅੱਜ ਕੱਲ੍ਹ ਜਿਹੜੇ ਲੋਕ ਹੈ ਆਪ ਚੱਲ ਕੇ ਆਉਂਦੇ ਨੇ ਜ਼ਿਲ੍ਹਾ ਬਦਲ ਕੇ ਵੀ ਲੋਕ ਆ ਜਾਂਦੇ ਨੇ ਬੜੀ ਚੰਗੀ ਗੱਲ ਹੈ ਕਿਉਂਕਿ ਪਹਿਲਾਂ ਅਸੀਂ ਕੈਂਪ ਕਰਦੇ ਸੀ ਲੋਕ ਡਰਦੇ ਸੀ ਲੇਕਿਨ ਹੁਣ ਜਿਹੜੇ ਆ ਉਹ ਡਰ ਜਿਹੜਾ ਫਿਰ ਕਿਤੇ ਨਾ ਕਿਤੇ ਅੱਗੇ ਨਾਲੋਂ ਖਤਮ ਹੋਇਆ ਇੱਕ ਚੰਗਾ ਸੰਦੇਸ਼ ਹੈ ਔਰ ਪਰ ਮੈਂ ਇਹ ਵੀ ਨਾਲ ਦੀ ਨਾਲ ਕਈ ਦੱਸਣਾ ਚਾਹੂੰਗਾ ਕਿ ਕੈਂਸਰ ਦੇ ਬਾਰੇ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਪਹਿਲੀ ਸਟੇਜ 'ਤੇ ਫੜੀ ਜਾਵੇ ਤਾਂ ਹੀ ਇਹਦਾ ਜਿਹੜਾ ਇਲਾਜ ਸੰਭਵ ਹੈ ਅਗਰ ਅਖੀਰ 'ਤੇ ਫੜੀ ਜਾਵੇ ਤਾਂ ਆਈ ਥਿੰਕ ਆਪਾਂ ਪੈਸਾ ਲਾ ਕੇ ਉਮਰ ਵਧਾ ਸਕਦੇ ਹਾਂ ਜਾਨ ਬਚਾਉਣੀ ਜਿਹੜੀ ਹੈ ਔਖੀ ਹੋ ਜਾਂਦੀ ਹੈ
ਸਰ ਤੁਹਾਨੂੰ ਲੱਗਦਾ ਵੀ ਭਵਾਨੀਗੜ੍ਹ 'ਚ ਜਿਵੇਂ ਪਹਿਲਾਂ ਕੈਂਪ ਲੱਗਿਆ ਵੀ ਇਹੋ ਜਿਹੇ ਕੈਂਪ ਹੋਰ ਲਾਉਣ ਦੀ ਉੱਥੇ ਸਭ ਤੋਂ ਬੜੀ ਜ਼ਿਆਦਾ ਜ਼ਰੂਰਤ? ਦੇਖੋ ਜੀ, ਜਿਸ ਹਿਸਾਬ ਨਾਲ ਤਕਰੀਬਨ ਪੰਜਾਬ ਦਾ 13,000 ਪਿੰਡ ਹੈ, 13,000 ਦੇ ਲਗਭਗ ਪਿੰਡ ਹੈ, ਔਰ ਹਰ ਸਾਲ ਇੱਕ ਪਿੰਡ 'ਚ ਇੱਦਾਂ ਦਾ ਕੈਂਪ ਜਿਹੜਾ ਲੱਗਣਾ ਚਾਹੀਦਾ। ਸੋ ਸਰਕਾਰਾਂ ਵੀ ਆਪਣੇ ਲੈਵਲ 'ਤੇ ਯਤਨ ਕਰ ਰਹੀਆਂ, ਐਨ ਜੀ ਓਜ਼ ਵੀ ਲੱਗੇ ਹੋਏ ਆ, ਨਾਲ ਜਿਹੜੀ ਪ੍ਰਾਈਵੇਟ ਸਕੂਲਾਂ ਦੀ ਆਪਣਾ ਪੰਜਾਬ ਫਾਊਂਡੇਸ਼ਨ ਹੈ, ਇਹਨਾਂ ਦੇ ਸਹਿਯੋਗ ਦੇ ਨਾਲ ਵੀ ਇੱਕ ਲੜੀ ਚਲਾਈ ਗਈ ਜਿਹੜੀ ਤਕਰੀਬਨ ਪਟਿਆਲਾ ਤੋਂ ਸ਼ੁਰੂ ਹੋਈ, ਅੱਜ ਭਵਾਨੀਗੜ੍ਹ ਪਹੁੰਚੀ ਹੈ, ਕੱਲ੍ਹ ਬਠਿੰਡੇ ਪਹੁੰਚਾਂਗੇ। ਸਰ ਇਹ ਫ੍ਰੀ ਓਫ ਕੋਸਟ ਹੈ, ਕੋਈ ਪੈਸਾ ਵਗੈਰਾ ਜਾਂ ਕੁਛ? ਕੋਈ ਚਾਰਜ ਨਹੀਂ ਕੀਤਾ ਜਾ ਰਿਹਾ ਜੀ। ਮੈਂ ਇੱਥੇ ਧੰਨਵਾਦ ਕਰਦਾ ਜਿਹੜੀ ਪ੍ਰਾਈਵੇਟ ਸਕੂਲਾਂ ਦੀ ਔਰਗਨਾਈਜੇਸ਼ਨ, ਉਹ ਸਾਨੂੰ ਸਪੋਰਟ ਕਰ ਰਹੀ ਹੈ, ਔਰ ਲੋਕਾਂ ਕੋਲੋਂ ਕੋਈ ਪੈਸਾ ਚਾਰਜ ਨਹੀਂ ਕੀਤਾ ਜਾ ਰਿਹਾ, ਬਿਲਕੁਲ ਜਿਹੜਾ ਫ੍ਰੀ ਓਫ ਕੋਸਟ ਪ੍ਰੋਵਾਈਡ ਕੀਤਾ ਜਾ। ਸਰ ਕਿੰਨੇ ਸਮੇਂ ਬਾਅਦ ਰਿਪੋਰਟ ਮਿਲ ਜਾਂਦੀ ਹੈ? ਤਕਰੀਬਨ 15 ਦਿਨ ਬਾਅਦ ਜਿਹੜੀ ਹੈ ਰਿਪੋਰਟ ਅਸੀਂ ਡਿਲੀਵਰ ਕਰ ਦਿੰਦੇ ਹਾਂ। ਸਾਡਾ ਜਿਹੜਾ ਮੇਨ ਕੰਮ ਹੁੰਦਾ ਇਨਵੈਸਟੀਗੇਸ਼ਨ ਕਰਨਾ, ਲੋਕਾਂ ਨੂੰ ਸਿੰਪਟਮ ਦੇ ਆਧਾਰ 'ਤੇ ਟੈਸਟ ਕੀਤਾ ਜਾਂਦਾ, ਜਿਨ੍ਹਾਂ ਨੂੰ ਲੱਛਣ ਹੈਗੇ ਉਹਨਾਂ ਦੀ ਟੈਸਟਿੰਗ ਕਰ ਦਿੱਤੀ ਜਾਂਦੀ, ਔਰ 15 ਦਿਨ ਬਾਅਦ ਰਿਪੋਰਟ ਦੇ ਕੇ ਜੇ ਕੋਈ ਸਸਪੈਕਟਡ ਨਿਕਲਦਾ ਤਾਂ ਉਹਨੂੰ ਨੇੜੇ ਦੇ ਜਿਹੜਾ ਕੈਂਸਰ ਹਸਪਤਾਲ ਵਿੱਚ ਭੇਜ ਦਿੱਤਾ ਜਾਂਦਾ। ਸਰ ਤੁਹਾਨੂੰ ਲੱਛਣ ਸਟਾਰਟਿੰਗ 'ਚ ਕਿਵੇਂ ਨਜ਼ਰ ਆਉਂਦੇ ਨੇ ਅਤੇ ਕਿਵੇਂ ਪਤਾ ਲੱਗਦਾ? ਦੇਖੋ ਜੀ, ਲੱਛਣਾਂ ਦੀ ਗੱਲ ਕਰੀਏ ਤਾਂ 10-12 ਲੱਛਣ ਨੇ, ਬੜੇ ਕਾਮਨ ਜਿਹੇ ਲੱਛਣ ਹੈਗੇ ਆ। ਨੰਬਰ 1 'ਤੇ ਆਪਾਂ ਖਾਣਾ ਖਾਂਦੇ ਹਾਂ, ਸਾਨੂੰ ਲੱਗਦਾ ਸਾਡੇ ਗਲੇ 'ਚ ਕੁਛ ਲੱਗ ਕੇ ਲੰਘਦਾ, ਜਿਹਨੂੰ ਕਹਿੰਦੇ ਬੁਰਕੀ ਦਾ ਲੱਗਣਾ, ਆਵਾਜ਼ ਬਦਲ ਗਈ ਆ, ਖਾਣਾ ਖਾਂਦੇ ਗਲੇ 'ਚ ਕੁਛ ਲੱਗ ਕੇ ਲੰਘਦਾ, ਅਤੇ ਖਾਣੇ ਦੇ ਨਾਲ 'ਚ ਕਿਤੇ ਨਾ ਕਿਤੇ ਦਿੱਕਤ ਹੋ ਸਕਦੀ, ਮੂੰਹ 'ਚ ਛਾਲਾ ਹੈ, ਜ਼ਖਮ ਹੈ, ਠੀਕ ਨਹੀਂ ਹੋ ਰਿਹਾ, ਪੁਰਾਣਾ ਹੋ ਗਿਆ, ਉਹ ਵੀ ਕਿਤੇ ਨਾ ਕਿਤੇ ਕੈਂਸਰ ਦਾ ਕਾਰਨ ਬਣ ਸਕਦਾ। ਸਾਡੇ ਸਰੀਰ 'ਤੇ ਕੋਈ ਵੀ ਗੰਢ ਹੈ, ਕਠੋਲੀ ਹੈ, ਤੇਜ਼ੀ ਨਾਲ ਵੱਡੀ ਹੋਊਗੀ, ਔਰਤਾਂ ਖਾਸ ਕਰਕੇ ਧਿਆਨ ਦੇਣ, ਛਾਤੀ 'ਚ ਗੰਢ ਹੈ, ਬੜੀ ਜਲਦੀ ਕੈਂਸਰ ਬਣਦਾ, ਉਹ ਵੀ ਕਿਤੇ ਨਾ ਕਿਤੇ ਮੈਂ ਚਾਹੁੰਦਾ ਚਿੰਤਾ ਦਾ ਵਿਸ਼ਾ ਹੈਗਾ। ਤੁਹਾਡੇ ਸਰੀਰ 'ਤੇ ਕੋਈ ਵੀ ਜ਼ਖਮ ਹੈ, ਠੀਕ ਨਹੀਂ ਹੋ ਰਿਹਾ, ਪੁਰਾਣਾ ਹੋ ਗਿਆ, 4 ਤੋਂ 6 ਹਫ਼ਤੇ ਪੁਰਾਣਾ ਹੈ, ਪਹਿਲਾ ਕਾਰਨ ਸ਼ੂਗਰ ਹੈ, ਸ਼ੂਗਰ ਨਹੀਂ ਹੈ, ਦੂਜਾ ਕਾਰਨ ਜਿਹੜਾ ਆਪਾਂ ਕਿਤੇ ਨਾ ਕਿਤੇ ਕੈਂਸਰ ਵੀ ਸੋਚ ਸਕਦੇ ਹਾਂ। ਬੰਦਿਆਂ ਦੀ ਗੱਲ ਕਰੀਏ, 50 ਸਾਲ ਤੋਂ ਉੱਪਰ ਹੈ ਉਮਰ, ਜਿਹਨਾਂ ਦੇ ਪਿਸ਼ਾਬ ਲੱਗ ਕੇ ਆ ਰਿਹਾ, ਬਾਰ ਬਾਰ ਆ ਰਿਹਾ, ਪਿਸ਼ਾਬ ਕਰਦੇ ਸਮੇਂ ਦਿੱਕਤ ਹੈ, ਨਾੜਾਂ 'ਚ ਸੋਜ ਹੈ, ਪਿਸ਼ਾਬ ਥਾਣੀ ਖੂਨ ਆ ਰਿਹਾ, ਪ੍ਰੋਸਟੇਟ ਕੈਂਸਰ ਦਾ ਸੰਕੇਤ ਹੋ ਸਕਦਾ, ਲੈਟਰਿਨ ਥਾਣੀ ਖੂਨ ਆ ਰਿਹਾ, ਪੇਟ ਨਾਲ ਸੰਬੰਧਿਤ ਜਿਹੜਾ ਕੈਂਸਰ ਦਾ ਸੰਕੇਤ ਹੋ ਸਕਦਾ, ਭਾਰ ਘੱਟ ਗਿਆ, ਕਮਜ਼ੋਰੀ ਮਹਿਸੂਸ ਕਰਦੇ ਹੋ, ਬਾਰ ਬਾਰ ਬੁਖਾਰ ਹੋ ਰਿਹਾ, ਬਲੱਡ ਕੈਂਸਰ ਵਾਲੇ ਪਾਸੇ ਜਾ ਰਿਹਾ। ਸੋ ਇਹ 10-12 ਉਹ ਲੱਛਣ ਨੇ ਜਿਨ੍ਹਾਂ ਨੂੰ ਅਕਸਰ ਯਾਦ ਰੱਖਣਾ ਚਾਹੀਦਾ, ਅਤੇ ਅਗਰ ਜ਼ਰੂਰੀ ਨਹੀਂ ਕਿ ਲੱਛਣ ਹੋਵੇ ਤਾਂ ਕੈਂਸਰ ਹੀ ਹੈ, ਪਰ ਅਗਰ ਇਹ ਲੱਛਣ ਹੈ ਤਾਂ ਇਹ ਉਹ ਸਮਾਂ ਹੁੰਦਾ ਕਿ ਜਦੋਂ ਇਹ ਕੈਂਸਰ ਦੀ ਸ਼ੁਰੂਆਤ ਸ਼ਾਇਦ ਨਹੀਂ ਹੋਈ ਹੁੰਦੀ, ਪਰ ਆਉਣ ਵਾਲੇ ਸਮੇਂ 'ਚ ਬਣਨ ਵਾਲਾ ਹੁੰਦਾ ਹੈ। ਇਹ ਸਮਾਂ ਸਾਂਭਣ ਦੀ ਲੋੜ ਹੁੰਦੀ ਹੈ। ਇਸ ਸਮੇਂ ਦੇ ਵਿੱਚ ਇਹ ਲੱਛਣਾਂ ਨੂੰ ਆਪਾਂ ਅਗਰ ਜਨਰਲ ਤਰੀਕੇ ਨਾਲ ਠੀਕ ਕਰ ਲਈਏ, ਜਾਂ ਚੰਗੇ ਡਾਕਟਰ ਜਿਹੜਾ MD ਮੈਡੀਸਨ ਦੇ ਕੋਲੋਂ ਜਾ ਕੇ ਇਹਨੂੰ ਆਪਾਂ ਪ੍ਰਕੋਸ਼ਨਰੀ ਮੈਡੀਸਨ ਲੈ ਕੇ ਜਿਹੜੀ ਠੀਕ ਕਰ ਲਈਏ, ਤਾਂ ਮੈਂ ਸਮਝਦਾ ਆਪਾਂ ਕੈਂਸਰ ਨੂੰ ਬਣਨ ਤੋਂ ਹੀ ਰੋਕ ਸਕਦੇ ਹਾਂ। ਅਮੈਰੀਕਾ 'ਚ ਕੈਂਸਰ ਸਾਡੇ ਬਰਾਬਰ ਹੀ ਹੈ, ਬਲਕਿ ਸਾਡੇ ਨਾਲੋਂ ਜ਼ਿਆਦਾ ਹੀ ਹੈ, ਪਰ ਉੱਥੇ ਲੋਕ ਮਰਦੇ ਨਹੀਂ ਕਿਉਂਕਿ ਉਹਨਾਂ ਨੂੰ ਇਹ ਸਿੰਪਟਮ ਵੀ ਪਤਾ ਹੈ, ਔਰ ਉੱਥੇ ਐਨੂਅਲ ਜਿਹੜੀਆਂ ਇਨਵੈਸਟੀਗੇਸ਼ਨ ਵੀ ਹੁੰਦੀਆਂ, ਤਾਂ ਕਰਕੇ ਲੋਕਾਂ ਦਾ ਜਿਹੜਾ ਬਚਾਅ ਹੋ ਜਾਂਦਾ। ਸਰ, ਜਾਗਰੂਕ ਕਿਵੇਂ ਰਹਿਣਾ ਚਾਹੀਦਾ ਹੈ, ਕਿਵੇਂ ਕਹੋਗੇ? ਜਾਗਰੂਕਤਾ ਵਾਸਤੇ ਮੈਂ ਅਸੀਂ 3 ਚੀਜ਼ ਦੱਸਦੇ ਹੁੰਦੇ ਜੀ। ਇੱਕ ਤਾਂ ਚੰਗਾ ਖਾਓ, ਔਰਗੈਨਿਕ ਖਾਓ, ਪਾਣੀ ਦੀ ਮਾਤਰਾ ਤੁਹਾਡੇ ਸਰੀਰ 'ਚ ਪੂਰੀ ਹੋਣੀ ਚਾਹੀਦੀ ਹੈ। ਨੰਬਰ 2 ਤੇ ਐਕਸਰਸਾਈਜ਼ ਜਿਹੜੀ ਹੈ ਬਹੁਤ ਜ਼ਰੂਰੀ ਹੈ, ਦਿਨ ਦੇ ਵਿੱਚ 1/2 ਘੰਟਾ ਜ਼ਰੂਰ ਕੱਢੋ, ਪਸੀਨਾ ਆਉਣਾ ਬਹੁਤ ਜ਼ਰੂਰੀ ਹੈ ਤੁਹਾਡੀ ਐਕਸਰਸਾਈਜ਼ ਦੇ ਨਾਲ, ਔਰ ਨੰਬਰ 3 ਤੇ ਹੈ ਸਟ੍ਰੈੱਸ ਜਿਹੜੀ ਬਿਗੇਸਟ ਕਿਲਰ ਹੈ। ਇਹ 3 ਚੀਜ਼ਾਂ ਮੈਨੇਜ ਕਰ ਲਓ, ਚੰਗਾ ਖਾਣ ਪੀਣ ਹੈ, ਐਕਸਰਸਾਈਜ਼ ਹੈ, ਔਰ ਸਟ੍ਰੈੱਸ ਹੈ। ਮੈਂ ਸਮਝਦਾ ਕਿ ਲੰਮੀ ਇੱਕ ਤੰਦਰੁਸਤ ਜ਼ਿੰਦਗੀ ਜੀਓਗੇ ਤੁਸੀਂ। ਆਪਣਾ ਪੰਜਾਬ ਫਾਊਂਡੇਸ਼ਨ, ਅਸੀਂ ਜਿਹੜਾ ਵਰਲਡ ਕੈਂਸਰ ਕੇਅਰ ਸੁਸਾਇਟੀ ਜਿਹਦੇ ਸਰਪ੍ਰਸਤ ਡਾਕਟਰ ਮੁਹੰਮਦ ਧਾਲੀਵਾਲ ਜੀ, ਉਹਨਾਂ ਨਾਲ ਮਿਲ ਕੇ ਅਸੀਂ ਇਹ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਹੈ, ਅਤੇ ਕੱਲ੍ਹ ਇਸ ਦੀ ਅਸੀਂ ਸ਼ੁਰੂਆਤ ਦੇਵੀਗੜ੍ਹ ਪਟਿਆਲਾ ਤੋਂ ਮਾਤਾ ਗੁਜਰੀ ਸਕੂਲ ਤੋਂ ਸਟਾਰਟ ਕੀਤੀ ਸੀ। ਅੱਜ ਇਹ ਦੂਜਾ ਕੈਂਪ ਆ ਸਾਡਾ, ਜਿਹੜਾ ਕਿ ਹੈਰੀਟੇਜ ਸਕੂਲ ਭਵਾਨੀਗੜ੍ਹ ਦੇ ਵਿੱਚ ਸ਼੍ਰੀ ਅਨਿਲ ਮਿੱਤਲ ਜੀ ਦੀ ਜਿਹੜਾ ਸਰਪ੍ਰਸਤੀ ਹੇਠ ਲੱਗ ਰਿਹਾ ਹੈ, ਅਤੇ ਇਸ ਦੇ ਵਿੱਚ ਜਿਹੜੀ ਪੂਰੀ ਟੀਮ ਆਈ ਹੋਈ ਹੈ, ਅਤੇ ਜਿਹੜੇ ਕੈਂਪ ਦੇ ਵਿੱਚ ਚੈੱਕਅਪ ਹੋ ਰਿਹਾ ਫ੍ਰੀ ਆਫ ਕੋਸਟ ਹੋ ਰਿਹਾ, ਜਿਹੜੀਆਂ ਮੈਡੀਸਨਸ ਨੇ ਉਹ ਵੀ ਫ੍ਰੀ ਆਫ ਕੋਸਟ ਦਿੱਤੀਆਂ ਜਾ ਰਹੀਆਂ ਨੇ, ਅਤੇ ਇਸ ਦੇ ਨਾਲ ਫਾਇਦਾ ਇਹ ਆ ਕਿ ਅਗਰ ਕਿਸੇ ਨੂੰ ਇਨੀਸ਼ੀਅਲ ਸਟੇਜ 'ਤੇ ਕੋਈ ਪ੍ਰੋਬਲਮ ਹੋਵੇ ਤਾਂ ਡਿਟੈਕਟ ਹੋ ਜੂਗੀ, ਅਤੇ ਫਿਰ ਵਰਲਡ ਕੈਂਸਰ ਕੇਅਰ ਦੀ ਟੀਮ ਉਹਦਾ ਫੋਲੋ ਅਪ ਰੱਖਦੀ ਹੈ, ਅਤੇ ਜਾਨਾਂ ਜਿਹੜੀਆਂ ਕੀਮਤੀ ਨੇ ਬਚ ਸਕਦੀਆਂ ਨੇ, ਅਤੇ ਕੱਲ੍ਹ ਨੂੰ ਸਾਡਾ ਕੈਂਪ ਜਿਹੜਾ ਹੈਗਾ ਉਹ ਤੱਬੇ ਕੋਲ ਦੂਨ ਸਕੂਲ ਦੇ ਵਿੱਚ ਜਿਹੜਾ ਨੈਕਸਟ। ਸਰ, ਕੈਂਪ ਕੈਂਸਰ ਵਾਲੇ ਕਿਉਂ ਲਾਉਣ ਦੀ ਆਈ ਮਨ 'ਚ, ਹੋਰ ਵੀ ਕੈਂਪ ਵਗੈਰਾ ਹੋਰ ਵੀ ਲਾ ਸਕਦੇ? ਦੇਖੋ, ਜਿਹੜੀ ਪੰਜਾਬ ਦੇ ਵਿੱਚ ਦੀ ਤਾਦਾਦ ਬਹੁਤ ਜ਼ਿਆਦਾ ਵੱਧ ਰਹੀ ਆ, ਅਗਰ ਆਪਾਂ ਮਾਲਵਾ ਬੈਲਟ ਦੀ ਖਾਸ ਤੌਰ 'ਤੇ ਗੱਲ ਕਰੀਏ ਤਾਂ ਬਹੁਤ ਸਾਰੇ ਕੇਸ ਸਾਹਮਣੇ ਆਏ ਨੇ। ਅਗਰ ਤੁਸੀਂ ਇੱਥੇ ਨੇੜੇ ਆਪਣੇ ਕੈਂਸਰ ਹੋਸਪਿਟਲ ਸੰਗਰੂਰ ਅਤੇ ਆਹ ਖੁੱਲ੍ਹੇ ਹੋਏ ਨੇ, ਉੱਥੇ ਤੁਸੀਂ ਜਾ ਕੇ ਦੇਖੋਗੇ, ਤੁਹਾਨੂੰ ਮਹਿਸੂਸ ਹੋਊਗਾ ਵੀ ਇੰਨੀ ਤਾਦਾਦ ਦੇ ਵਿੱਚ ਲੋਕਾਂ ਕੈਂਸਰ ਹੋ ਰਿਹਾ। ਇਹਦੇ ਜਿਹੜੇ ਕਾਰਨ ਨੇ, ਜਿਹੜੇ ਇਨੀਸ਼ੀਅਲ ਕਾਰਨ ਨੇ, ਉਹ ਕੁਛ ਨਾ ਕੁਛ ਜਿਹੜੀ ਸਾਡੀ ਰਸੋਈ ਹੈ, ਜਿਵੇਂ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਦਾ ਕਹਿਣਾ ਵੀ ਉਸ ਨੂੰ ਅਸੀਂ ਠੀਕ ਰੱਖੀਏ, ਪਾਣੀ ਨੂੰ ਠੀਕ ਰੱਖੀਏ, ਅਤੇ ਜਿਹੜੇ ਹੋਰ ਕੁਛ ਆਦਤਾਂ ਨੇ, ਤਾਂ ਇਸ ਤੋਂ ਕਾਫੀ ਬਚਾਓ ਕੀਤਾ ਜਾ ਸਕਦਾ। ਅਤੇ ਇਹਦਾ ਫਾਇਦਾ ਡਿਟੈਕਸ਼ਨ ਦਾ ਇਹ ਆ ਵੀ ਜਦੋਂ ਇਨੀਸ਼ੀਅਲ ਸਟੇਜ ਦੇ ਉੱਤੇ ਫੜੀ ਜਾਵੇ ਬਿਮਾਰੀ ਤਾਂ ਇਹਦੇ ਬਹੁਤ ਇਲਾਜ ਨੇ, ਪਰੰਤੂ ਜਦੋਂ ਇਹ ਅੰਤਮ ਸਟੇਜ 'ਤੇ ਹੁੰਦੀ ਫਿਰ ਕੋਈ ਬਚਾਓ ਨਹੀਂ ਹੈ। ਸੋ ਇਸ ਲਈ ਇਹ
और जो मेजर टेस्ट हैं जो पेशेंट्स को बेनिफिट कर सकते हैं डायग्नोस करने में, कैंसर डायग्नोस करने में, वो मेमोग्राफी है, बोन डेंसिटी टेस्ट है, CBC है, शुगर टेस्ट है, ब्लड प्रेशर है, ये सब एब्सोल्युटली फ्री हैं। और जिनको थोड़ी समस्या आती है उनको मेडिसिन भी एब्सोल्युटली फ्री दी जा रही है। तो बहुत अच्छा इनिशिएटिव है और ये भवानीगढ़ में हेरिटेज पब्लिक स्कूल ने फर्स्ट टाइम इस रीजन में करवाया है और बहुत अच्छा रिस्पांस मिला है। आसपास के विलेजेस के काफ़ी वृद्ध माताएं बहनें हमारे पास आई हैं और अभी भी ये शाम को 4 बजे तक हमें उम्मीद है कि तकरीबन 800 लोग जो हैं वो रजिस्टर हो जाएंगे। और हम चाहते हैं कि आगे भी फ्यूचर में कैंसर सोसाइटी के साथ मिलकर हम ये कैंप लगाते रहें। सर, मैं जी वर्ल्ड कैंसर केयर सेंटर का बड़ा धन्यवाद करता है, उन्होंने साड़ी थोड़ी जी रिक्वेस्ट ही एडा वड़ा टीम उरे भवानीगढ़ के भेजी हिसाब नाल, इस नाल बहुत ज़्यादा फायदा होया। तकरीबन अज 400 तो उपर हुण तक रजिस्ट्रेशन हो चुकी है जो कि 500-600 तक टच कर सकती है। ये डॉक्टर की तकरीबन 20-25 बंद की टीम है तो बड़ा फायदा होएगा। थोड़े मन च क्यों आया भी असं यही चीज़ें लेके आईए, सानू इत्थे ज़्यादा लोड़ है? इस दे विच ये मन च इस तरह आया जी भी जदों पता लग्या भी जे कैंसर पहली स्टेज पर डिटेक्ट हो जाए तो बड़ा क्यूरेबल है। अज दी डेट च बड़े अच्छे अच्छे इलाज हैगे हैं भी यह इन्हां नाल गल हुई डॉक्टर कुलवंत सिंह धालीवाल जी नाल भी यह ज़्यादा जागरूक जिन्ना का आपां लोगों को जागरूक कर लाँगे उन्ना का भला हो सकता है।